ਹਾਂਜੀ ਸਤਿ ਸ੍ਰੀ ਅਕਾਲ ਸਾਡੇ ਵਾਲਿਓ ਤੁਹਾਨੂੰ ਇੱਕ ਬਹੁਤ ਇੰਪੋਰਟੈਂਟ ਜਾਣਕਾਰੀ ਦੇਣੀ ਆ ਇਸ ਵੀਡੀਓ ਦੇ ਵਿੱਚ ਤੁਹਾਨੂੰ ਪਤਾ ਹੀ ਆ ਜੋ ਜਣੇ ਯੂਕੇ ਦੇ ਵਿੱਚ ਰਹਿੰਦੇ ਆ ਜਾਂ ਜਿਨ੍ਹਾਂ ਨੇ ਯੂਕੇ ਆਉਣਾ ਆ ਕਿ ਇੱਥੇ ਦੇ ਪਾਣੀ ਦਾ ਜਿਹੜਾ ਚਰਚਾ ਬਹੁਤ ਜ਼ਿਆਦਾ ਹੁੰਦਾ ਹੈ ਖਾਸ ਤੌਰ ਤੇ ਜਿਹੜੇ ਵੱਡੇ ਸ਼ਹਿਰਾਂ ਦੇ ਵਿੱਚ ਰਹਿੰਦੇ ਆ ਜਾਂ ਵੱਡੇ ਸ਼ਹਿਰਾਂ 'ਚ ਆ ਰਹੇ ਆ ਲੰਡਨ ਹੋ ਗਿਆ ਬਰਮਿੰਗਮ ਹੋ ਗਿਆ ਮਾਂਚੈਸਟਰ ਹੋ ਗਿਆ ਉੱਥੇ ਪਾਣੀ ਦੀ ਹਾਲਤ ਬਹੁਤ ਖਰਾਬ ਹੁੰਦੀ ਆ ਟੂਟੀ ਦਾ ਪਾਣੀ ਜੇ ਤੁਸੀਂ ਪੀਂਨੇ ਹੋ ਤਾਂ ਤੁਹਾਡੇ ਸਿਹਤ ਦੇ ਉੱਤੇ ਬਹੁਤ ਜ਼ਿਆਦਾ ਵੱਡਾ ਫਰਕ ਪੈਂਦਾ ਤੇ ਇਵਨ ਕਿ ਛੋਟੇ ਸ਼ਹਿਰਾਂ ਦੇ ਵਿੱਚ ਵੀ ਜਿਹੜੇ ਰਹਿੰਦੇ ਆ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਇੱਕ ਸਭ ਤੋਂ ਮੇਨ ਬਿਮਾਰੀ ਮੈਂ ਤੁਹਾਨੂੰ ਦੱਸ ਦਾਂ ਜੋ ਪਾਣੀ ਤੋਂ ਲੱਗਦੀ ਆ ਉਹ ਹੈਗੀ ਆ ਵੀ ਸਿਰ ਦੇ ਵਿੱਚ ਫਿੰਸੀਆਂ ਹੋ ਜਾਂਦੀਆਂ ਨੇ ਬਹੁਤ ਸਾਰੇ ਜਣੇ ਨੇ ਇੱਥੇ ਆ ਕੇ ਜੂੜੇ ਤਾਂ ਕਟਾਤੇ ਕਿਉਂਕਿ ਉਹਨਾਂ ਦੇ ਸਿਰ ਦੇ ਵਿੱਚ ਇੰਨੀਆਂ ਖਤਰਨਾਕ ਫਿੰਸੀਆਂ ਹੋ ਗਈਆਂ ਉਹ ਫਰਕ ਜਿਹੜਾ ਆ ਪਾਣੀ ਦੇ ਪੀਣ ਕਰਕੇ ਹੋਇਆ ਇਸ ਵੀਡੀਓ ਨੂੰ ਬਣਾਉਣ ਦਾ ਇਹੀ ਮਕਸਦ ਆ ਕਿ ਤੁਸੀਂ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚੋ ਤੇ ਤੁਹਾਨੂੰ ਪਤਾ ਹੋਵੇ ਹੁਣ ਜੇ ਵੱਡੇ ਸ਼ਹਿਰ ਦੇ ਵਿੱਚ ਤੁਸੀਂ ਲੰਡਨ ਵਰਗੇ ਸ਼ਹਿਰ ਦੇ ਵਿੱਚ ਤਾਂ ਕਹਾਵਤ ਇਹ ਮਸ਼ਹੂਰ ਆ ਵੀ ਉੱਥੇ ਦਾ ਪਾਣੀ ਪੀ ਲਿਆ ਤੇ ਜ਼ਹਿਰ ਪੀ ਲਈ ਇੱਕੋ ਬਰਾਬਰ ਆ ਤਾਂ ਤੁਸੀਂ ਕੋਸ਼ਿਸ਼ ਕਰੋ ਵੀ ਵੱਡੇ ਸ਼ਹਿਰਾਂ 'ਚ ਟੁੱਟੀਆਂ ਦਾ ਪਾਣੀ ਵਰਤੋ ਨਾ ਬਿਲਕੁਲ ਵੀ ਜੇ ਵਰਤਣਾ ਹੈ ਪਾਣੀ ਨੂੰ ਉਬਾਲ ਕੇ ਵਰਤੋ ਉਬਾਲਣ ਤੋਂ ਵੀ ਵਧੀਆ ਸੋਲੂਸ਼ਨ ਇਹ ਹੈ ਵੀ ਤੁਸੀਂ ਮੁੱਲ ਦਾ ਪਾਣੀ ਲੈ ਕੇ ਆਓ ਪੀਣ ਵਾਸਤੇ ਨਹਾਉਣ ਧੋਣ ਵਾਸਤੇ ਕੋਈ ਵੀ ਪਾਣੀ ਵਰਤ ਲਓ ਕੋਈ ਪ੍ਰੋਬਲਮ ਨਹੀਂ ਹੈਗੀ ਬਟ ਜਿਹੜਾ ਪੀਣਾ ਵਾਲਾ ਪਾਣੀ ਆ ਉਹਦੇ ਤੇ ਇਨਵੈਸਟਮੈਂਟ ਕਰ ਲਓ ਕਿਉਂਕਿ ਸਸਤੀਆਂ ਪਾਣੀ ਦੀਆਂ ਬੋਤਲਾਂ ਬਹੁਤ ਜ਼ਿਆਦਾ ਆ ਜਾਂਦੀਆਂ ਨੇ ਮਿਨਰਲ ਵਾਟਰ ਹੁੰਦਾ ਹੈ ਨੇਚਰਲ ਵਾਟਰ ਉਹ ਤੁਸੀਂ ਪੀ ਲਓ ਉਹ ਵਧੀਆ ਹੁੰਦਾ ਬਹੁਤ ਜ਼ਿਆਦੇ ਸੋ ਇਹੀ ਕੋਸ਼ਿਸ਼ ਕਰਿਆ ਕਰੋ ਕਿ ਪਾਣੀ ਜਿਹੜਾ ਪੀਣ ਵਾਲਾ ਵਧੀਆ ਹੋਵੇ ਤੁਹਾਡਾ ਕਿ ਤੁਸੀਂ ਸਕਾਟਲੈਂਡ ਰਹਿੰਦੇ ਆ ਛੋਟੇ ਸ਼ਹਿਰ ਦੇ ਵਿੱਚਾਂ ਤਾਂ ਵਧੀਆ ਗੱਲ ਆ ਜਾਂ ਇੰਗਲੈਂਡ ਦੇ ਵਿੱਚ ਵੀ ਛੋਟੇ ਟਾਊਨਾਂ ਦੇ ਵਿੱਚਾਂ ਉੱਥੇ ਪਾਣੀ ਸਾਫ਼ ਹੁੰਦਾ ਕਿਉਂਕਿ ਉੱਥੇ ਨੇਚਰਲ ਰਿਜ਼ਰਵਸ ਤੋਂ ਪਾਣੀ ਆਉਂਦਾ ਉਹ ਬਹੁਤ ਘੱਟ ਜਿਹੜੇ ਆ ਉਹ ਦੋਸ਼ਿਤ ਹੁੰਦੇ ਆ ਸੋ ਉੱਥੇ ਵੀ ਬਟ ਧਿਆਨ ਰੱਖਣ ਦੀ ਲੋੜ ਆ ਉੱਥੇ ਗਰਮ ਕਰਕੇ ਪੀ ਸਕਦੇ ਹੋ ਫਿਲਟਰ ਰੱਖ ਸਕਦੇ ਹੋ ਬਟ ਉਹਦੀ ਬਜਾਏ ਜੇ ਤੁਸੀਂ ਵੱਡੇ ਸ਼ਹਿਰਾਂ ਚੋਂ ਤਾਂ ਤੁਸੀਂ ਪਾਣੀ ਮੁੱਲ ਲੈ ਕੇ ਵਰਤਣ ਦੀ ਕੋਸ਼ਿਸ਼ ਕਰਿਆ ਕਰੋ ਐਟ ਲੀਸਟ ਪੀ ਸੋ ਇਹੀ ਕਹਿਣਾ ਸੀਗਾ ਹੋਰ ਇਹੋ ਜਿਹੀਆਂ ਵੀਡੀਓਜ਼ ਵਾਸਤੇ ਸਬਸਕ੍ਰਾਈਬ ਕਰ ਲਓ ਇੰਸਟਾਗ੍ਰਾਮ ਤੇ ਜਾ ਕੇ ਫੋਲੋ ਕਰ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ